ਰਾਮ ਰਾਮ ਤਾਉ ਜੀ ਰਾਮ 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 ਭਾਈਆਂ ਨੇ ਨਿਊ ਬਤਾਉ ਥਾਨੇ ਕਾਕੂ ਕਿਆ ਕਰੂੰ ਕਿ ਤਾਉ ਬੜੀਆ ਸੈ ਕਾਕਾ ਸੇ ਮੈਨੂੰ ਤਾਉ ਵੀ ਬੜੀਆ ਲੱਗੇ ਸੈ ਹੂੰ ਕਾਕੋ ਨੂੰ ਸਾ ਨਾ ਵੀ ਕਈ ਵਾਰੀ ਨਤਾ ਮੈਂ ਕਾਕੋ ਛੋਟੋ ਸੇ ਭਤੀਜੋ ਵੱਡੋ ਐ ਸੈ ਬਿਲਕੁਲ ਤੇ ਫੁੱਫੋ ਵੀ ਕਈ ਵਾਰੀ ਛੋਟੋ ਛੋਟੋ ਹੋ ਜੈ ਸੇ ਮਾਮੋ ਵੀ ਛੋਟੋ ਹੋ ਜੈ ਸੇ ਅਰ ਤਾਉ ਜਣ ਸੋਏ ਨਾ ਤਾਉ ਵਾ ਬਣੇ ਸੇ ਜਣ ਸੋ ਬਾਪ ਸੇ ਵੀ ਵੱਡੋ ਐ ਸੇ ਬਿਲਕੁਲ ਤੰ ਤਾਊ ਕਹੋ ਐ ਵਾਪਸੇ ਵੱਡੋ ਸਮਝਿਓ ਐ ਸਤਕਾਰ ਦੀਓ ਐ ਜੀ ਤ ਤਾਊ ਕਹਦੇ ਕੋ ਤਾਊ ਠੀਕ ਐ ਬੜੀਆ ਤਾਊ ਇਹ ਪੜ ਕੇ ਸੁਨਾਈਏ ਇਹ ਕੇ ਲਿਖ ਰੱਖਿਆ ਹੈ ਪੜ ਕੇ ਮੈਂ ਕੇ ਸੁਣਾਉਂਗੋ ਤਾਊ ਤਰਵਨ ਪੜਾ ਉਹ ਕਿਆ ਕਰੇ ਨਾ ਕਾਲਾ ਅਕਸ਼ਰ ਬੈਂਸ ਬਰੋਬਰ ਤੇ ਖੁਦ ਹੀ ਪੜ ਲੈ ਨਾ ਨਾਲੇ ਮੁੰਨੇ ਵੀ ਸੁਣਾ ਦੇ ਕੇ ਲਿਖ ਰੱਖਿਆ ਤਾਊ ਇਹ ਬਤਾਓ ਕੌਣ ਸੀ ਚੀਜ਼ ਮਿੱਠੀ ਵੀ ਆ ਪਿਆਰੀ ਸ ਹੈ ਆਪਣੇ ਹਰਿਆਣਾ ਰਾਜਸਥਾਨ ਮੈਂ ਕਿਆ ਕਰੇ ਨਾ ਗਾਂਡਾ ਸੇ ਗੰਡੇਰੀ ਮਿੱਠੀ ਔਰ ਉਸੇ ਮਿੱਠਾ ਰਾਲਾ ਗਾਂਡਾ ਤਾਂ ਉਹ ਜੋ ਈਖ ਹੁੰਦੀ ਹੈ ਨਾ ਈਖ ਹੁੰਦੀ ਹਾਂ ਜੀ ਗਾਂਡਾ ਸੇ ਗੰਡੇਰੀ ਮਿੱਠੀ ਔਰ ਉਸੇ ਮਿੱਠਾ ਰਾਲਾ ਭਾਈ ਸੇ ਭਤੀਜਾ ਪਿਆਰਾ ਔਰ ਉਸੇ ਪਿਆਰਾ ਸਾਲਾ ਸਾਲਾ ਤਉ ਬੋਲੋ ਜੋਣ ਸਾ ਬੁੱਢੀ ਨੇ 10000 ਰੁਪਏ ਵਿਆਜ ਪਰ ਦਿਓ ਥਾ ਅੱਛਾ ਉਸਕਾ ਕੇ ਬਣਿਓ ਬਤਾ ਦਿਓ ਵਾ ਮੈਂ ਬਤਾਉਂ ਸੋ ਤੈਨੇ ਕੇ ਬਣਿਓ ਬੁੱਢੀ ਪੈਸਾ ਦਿਆ ਕਰਤੀ ਵਿਆਜ ਪਰ ਜੀ ਵਿਆਜ ਕਾ ਵੀ ਖੂਬ ਲਾਲਚ ਥਾ ਉਹਨੇ ਹਾਂ ਔਰ ਕੋਈ ਆਦਮੀ ਵੀ ਹਿਸੋ ਮਿਲ ਗਿਓ ਉਹਨੇ ਕਹੇ ਕਾ ਪੈਸਾ ਮੋੜਿਆ ਹੀ ਕੋ ਨਹੀਂ ਸੀ ਜੈਸੇ ਲੈ ਲਿਆ ਅਸਲ ਲੇਕਿਨ ਵਾਪਸ ਵਾਪਸ ਕੋ ਨਹੀਂ ਕਰਿਆ ਕਰ ਤੋ ਤੇ ਵਾ ਬੁੱਢੀ ਨੇ ਕਹੇ ਬਈ ਮਾਂ ਮੁੰਨੇ 10000 ਰੁਪਇਆ ਚਾਹੀਸ ਹੈ ਤੇ ਤੂੰ ਤੋ ਵਿਆਜ ਹੀ ਲੈਣੋ ਤੇ ਵਿਆਜ ਮੈਂ ਦੇ ਦੂੰਗਾ ਵਿਆਜ ਭਾਵੇਂ ਮੇਰੇ ਕਨੇ ਸਾਥ ਕੀ ਸਾਥ ਹੀ ਲੈ ਲਿਆ ਕਰ ਤੇ ਵਾ ਬੁੱਢੀ ਨੇ 10000 ਰੁਪਇਆ ਉਹਨੇ ਲੈ ਕੇ ਦੇ ਦਿਆ ਤੋ ਵਾ ਕਹਿਣ ਲੱਗਿਆ ਮਾਂ ਐਂ ਕੋ ਵਿਆਜ ਸਾਲ ਕੋ ਕਿਤਨੋ ਬਣੇਗੋ ਬੁੱਢੀ ਬੋਲੀ 1000 ਤੇ ਉਹ 10000 ਕੇ ਵਿੱਚ ਮੇ 1000 ਉਹਨੇ ਬੁੱਢੀ ਨੇ ਦੇ ਦਿਆ ਯਾਲੇ ਮਾਂ 1 ਸਾਲ ਕਾ ਵਿਆਜ ਲੈ ਲੇ ਬੁੱਢੀ ਤਾਂ ਰਾਜੀ ਹੋ ਗਈ ਵੀ ਮਨਨ ਤਾਂ ਸਾਲ ਕੋ ਵਿਆਜ ਪਹਿਲਾਂ ਹੀ ਆ ਗਿਓ ਫਿਰ ਬੋਲਿਓ ਮਾਂ ਯਾ ਹਜ਼ਾਰ ਰੁਪਈਓ ਮਨੇ ਵਿਆਜ ਪਰ ਦੇ ਦੇ ਤੂੰਨੇ ਤਾਂ ਵਿਆਜ ਹੀ ਚਾਹੀਏ ਨਾ ਤੇ ਬੁੱਢੀ ਨੇ 1000 ਰੁਪਈਆ ਦੇ ਦਿਆ ਲੈ ਕੇ 1000 ਉਮਾ ਸੇ 100 ਕਾਡ ਲਿਓ ਮਾਂ ਇਹ ਕੋ ਵਿਆਜ ਕਿਤਨੋਂ ਬਣੇਗਾ ਵਾਕਿਆ ਵੀ 100 ਰੁਪਿਆ ਐ ਕੋ ਵਿਆਜ ਵੀ ਤੂੰ ਲੈ ਹੀ ਲੈ ਤੇਰੋ 11000 ਹੋ ਗਏ ਮੇਰੇ ਸਿਰ ਹੂੰ ਬਾ ਬੁੱਢੀ ਬੋਲੀ ਵੀ ਠੀਕ ਆ ਆਦਮੀ ਆਛੋ ਆਦਾ ਫਿਰ ਬੋਲਿਓ ਵੀ ਮਾਂ ਮੁੰਨੇ ਲੋੜ ਸਾ ਪੈਸਾ ਕੀ ਕਿ ਆ 100 ਵੀ ਦੇ ਦੇ ਮੁੰਨੇ ਤੂੰ ਨੇ ਤਾਂ ਵਿਆਜ ਹੀ ਚਾਹੀਏ ਨਾ ਹੂੰ ਬੁੱਢੀ ਨੇ 100 ਵੀ ਦੇ ਦਿਆ ਅਖੇ ਐ ਕੋ ਵਿਆਜ ਕਿਤਨੋਂ ਬਣੇਗਾ 10 ਰੁਪਿਆ ਹੂੰ ਉਹਨੇ ਉਮੇ 10 ਰੁਪਿਆ ਬੁੱਢੀ ਨੇ ਦੇ ਦਿਆ ਤੇ ਬੋਲਿਆ ਮਾਂ ਤੁਨੇ ਤਾਂ ਵਿਆਜ ਹੀ ਚਾਹੀਏ ਜਾਂ 10 ਵੀ ਦੇ ਦੇ ਤੇਰਾ ਤਾਂ ਆਜ ਸੇ 10 ਵੀ ਦੁੱਧ ਪੀਵੇਂਗਾ ਨਾਲ ਵਿਆਜ ਔੜ ਬਟ ਜਾਏਗਾ ਉਹ ਵੀ ਲੈ ਲਿਆ ਉਹ ਵੀ ਲੈ ਲਿਆ ਲੈ ਕੇ ਬੋਲੋ ਵੀ ਮਾਂ 10 ਦਾ ਵਿਆਜ ਵੀ ਬਤਾ ਹੀ ਦੇ ਕਿਤਨੋਂ ਬਣ ਗਿਓ ਹਾਂ ਮੈਂ ਕਿਹਾ ਕੋਤੋਂ 1 ਰੁਪਈਆ ਬਣਿਆ 1 ਰੁਪਈਆ ਬਣਿਆ ਵਾਹ 1 ਰੁਪਈਆ ਬੁੱਢੀ ਉਹ ਵੀ ਲੈ ਲਿਆ ਉਹ ਦੇ ਦਿਆ ਪਹਿਲਾਂ ਤੋਂ ਦੇ ਦਿਆ ਪਹਿਲੇ ਦੇ ਦਿਆ ਫਿਰ ਬਾਅਦ ਵਿੱਚ ਆ ਵੀ ਮੁੰਨੇ 1 ਵੀ ਦੇ ਦੇ ਅੱਜ ਤੋਂ ਮੁੰਨੇ ਰੁਪਈਆ ਰੁਪਈਆ ਕੀ ਜ਼ਰੂਰਤ ਹੈ ਹੂੰ ਵੀ ਮੇਰੇ ਵਿਆਹ ਹੈ ਹੂੰ ਛੋਰਾ ਕਾ ਅੱਜ ਤੋਂ ਮੈਨੂੰ ਰੁਪਈਆ ਰੁਪਈਆ ਕੀ ਜ਼ਰੂਰਤ ਹੈ ਤੇ ਯਾ ਵੀ ਦੇ ਦੇ ਤਵਾ ਇੱਕ ਵੀ ਲੈ ਗਿਓ ਅਮ 6 ਮਹੀਨੇ ਟੱਪ ਗਿਆ ਸਾਲ ਟੱਪ ਗਿਆ ਡੇਢ ਸਾਲ ਟੱਪ ਗਿਆ ਬੁੱਢੀ ਵਿਚਾਰੀ ਪੈਸਾ ਮੰਗੇ ਜੀ ਵਾ ਪੈਸਾ ਦिए ਕੋ ਨਹੀਂ ਹਾਂ ਬਾਰੀ ਬਾਰੀ ਭਾਈ ਪੈਸਾ ਤਾਂ ਦੇ ਦੇ ਬੇਟਾ ਪੈਸਾ ਤਾਂ ਦੇ ਦੇ ਵਾ ਕੌਣ ਸਾ ਪੈਸਾ ਕੌਣ ਸਾ ਪੈਸਾ ਕਰਤਾ ਕਰਤੇ 6 ਮਹੀਨਾ ਹੋਰ ਟਪਾ ਦਿਆ ਇੱਕ ਦਿਨ ਬੁੱਢੀ ਘਰਾਂ ਚਲੀ ਗਈ ਜਾ ਕੇ ਕਹਿੰਦੀ ਦੇਖ ਬੇਟਾ ਤੇਰਾ ਕਾਮ ਸਰ ਗਿਆ ਵਿਆਹ ਹੋ ਗਿਆ ਤਰੋ 2 ਸਾਲ ਹੋ ਗਿਆ ਅਭੀ ਅਬ ਤੂੰ ਮੇਰਾ ਪੈਸਾ ਤਾਂ ਦੇ ਦੇ ਨਾ ਵਾ ਬੁੱਢੀ ਨੇ ਕਹਿਣ ਲੱਗਿਆ ਬੁੱਢੀ ਤੂੰ ਨੇ ਲਾਲਚ ਆ ਵਿਆਜ ਕਾ ਤੇ ਵਿਆਜ ਤਾਂ ਮੈਂ ਤੈਨੂੰ ਪਹਿਲਾਂ ਹੀ ਦੇ ਦਿਓ ਅਬ ਮੇਰੀ ਬਾਤ ਸੁਣ 10000 ਨੇ 1000 ਖਾ ਗਿਓ 1000 ਕੀ ਛੋੜ ਤੂੰ ਟੇਕ 100 ਨੇ ਤੋਂ 10 ਖਾ ਗਿਆ ਤੇ 10 ਨੇ ਖਾ ਗਿਆ 1 ਲੈਣ ਦੇਣ ਨੇ ਕਿੰਮੀ ਕੋ ਨਹੀਂ ਅਬ ਖੜਵੀ ਤਮਾਚੋ ਦੇਖ ਲੂੰ ਕਰੀ ਜੀ ਉਹਨੇ ਬੁੱਢੀ ਤੇ ਤਾਉ ਬੋਲੋ ਮੈਂ ਸੁਣਾ ਥਾਰੇ ਪੜੋਸ ਮੇ ਜੋ ਛੋਰਾ ਹੋਇਆ ਥਾ ਹਾਂ ਹੋਇਆ ਸੋ ਤੋਂ ਉਨਕੀ ਪਾਰਟੀ ਮੇ दारू ਮੈਂ ਸੁਣਾ ਸੁਣ ਰੱਖਿਆ ਕਿ ਉਨਕੇ ਫੂਫਾ ਕੀ ਚਾਲੀ ਹੈ ਵਾਹ ਬਤਾਉਂਦਾ ਮੈਂ ਕਈ ਵਾ ਨੂ ਸੀ ਵੀ ਉਕੇ ਜਬ ਪਹਿਲੋ ਛੋਰਾ ਹੋਇਆ ਥਾ ਨਾ ਪੜੋਸੀਆਂ ਕੇ ਅੱਛਾ ਉਹ ਦੂਸਰਾ ਥਾ ਕਹਿੰਦੇ ਵਾ ਦੂਸਰਾ ਥਾ ਜਬ ਪਹਿਲਾ ਛੋਰਾ ਇੱਕ ਹੋਇਆ ਥੋ ਖੂਬ ਪਾਰਟੀ ਸ਼ਾਰਟੀ ਕਰੀ दारू ਚਾਲਿਓ ਮੀਟ ਚਾਲਿਓ ਖੂਬ ਨੱਚਿਆ ਨੂਚਿਆ ਔਰ ਫੂਫਾ ਨੇ ਵੀ ਪੀ ਰੱਖੀ ਸੀ ਪੀਣੀ ਸੀ ਪਾਰਟੀ ਪਰ ਆਇਓ ਤੋ ਹੂੰ ਤਾਂ ਫੁੱਫਾ ਨੇ ਪੀ ਕੇ ਕਹਿ ਦੀ ਵੀ ਅਬ ਕੇ ਜਦ ਦੂਸਰੋ ਸ਼ੁਰੂ ਹੋਏਗਾ ਨਾ ਤਾਂ दारू ਬਾਈ ਥਾਰੇ ਫੁੱਫਾ ਕੀ ਚੱਲੇਗੀ ਹੂੰ ਤੇ ਭਗਵਾਨ ਨੇ ਕਰੀ ਅਰਜ ਤਿੰਨ ਕ ਸਾਲ ਹੋਇਆ ਤਿੰਨ ਚਾਰ ਸਾਲ ਤੇ ਸ਼ੁਰੂ ਇੱਕ ਹੋਰ ਹੋ ਗਿਆ ਕਿ ਸਾਲਾ ਕੇ ਪੁੱਤ ਹੋਏ ਤੋ ਤੇ ਫੁੱਫੋ ਵੀ ਆ ਗਿਓ ਜਦ दारू दुरु ਪੀਣ ਲੱਗ ਗਿਆ ਤੇ ਉਹ ਬਾਤ ਯਾਦ ਆ ਗਈ ਵੀ ਫੁੱਫਾ ਥਮ ਕਹੀ ਸੀ दारू ਮੇਰੀ ਚੱਲੇਗੀ ਅਬ ਤਾਂ ਫੁੱਫਾ ਕੀ ਵਾਰੀ ਆ ਗਈ ਹੂੰ ਹੁਣ ਫੂਫੋ ਥੋ ਕੰਜੂਸ ਮੱਖੀ ਚੂਸ ਅੱਛਾ ਵਾ ਪੈਸਾ ਕੋ ਨਹੀਂ ਕਾਢੇ ਸੀ ਗੋਜ ਮੇਂ ਉਸਨੇ ਫੋੜ ਲਗਾ ਦਿਆ ਉਸਨੇ ਹਾਂ ਵਾ ਗੋਜ ਮੇਂ ਪੈਸਾ ਕੋ ਨਹੀਂ ਕਾਢੇ ਥੋ ਲਿਆ ਵੀ ਫੂਫਾ ਲਿਆ ਵੀ ਫੂਫਾ ਲਿਆ ਵੀ ਫੂਫਾ ਹੁਣ ਫੂਫਾ ਨੂੰ ਸੋਚੇ ਸੀ ਵੀ ਕਿਰਾਇਆ ਬਾੜਾ ਵੀ ਲਗਾ ਕੇ ਆਇਆ ਕਪੜਾ ਪਰ ਵੀ ਪੈਸਾ ਲੱਗਿਆ ਕਪੜਾ ਵੀ ਛੋਰਾ ਕਾ ਲਿਆ ਹੈ ਫੁਕਰੀ ਮਾਰ ਬੈਠਾ ਫੁਕਰੀ ਮਾਰ ਬੈਠਾ ਔਰ ਛੋਰਾ ਨੇ ਕਿਵੇਂ ਦੇਕੇ ਵੀ ਜਾਵਾਂਗਾ ਹਾਂ ਅਰ ਜਬ ਇਹ ਨਾਚਣ ਨੂਚਣਗਾ ਤਾਂ ਉੱਪਰ ਪੈਸਾ ਬਖੇਰਾਂਗਾ ਉੱਪਰ ਵੀ ਬਖੇਰੇਗਾ ਬਖੇਰਾਂਗਾ ਤੇ ਜਾਂ ਤੂੰ ਕਾਮ ਤੋਂ ਮਾੜੀ ਹੋ ਗਿਆ ਚਲੋ ਕੋਈ ਬਾਤ ਨਾ ਜਾਂ ਫਿਰ ਫੁੱਫਾ ਨੇ ਕਹਿਣ ਲੱਗਾ ਲੈ ਆ ਵੀ ਫੁੱਫਾ ਹਰ ਫੁੱਫਾ ਨਾ ਮਜਬੂਰੀ ਕਾਰਨ ਉੱਥੇ ਉੱਠ ਕੇ ਜਾਣੋ ਪੜਿਓ ਹੂੰ दारू ਲੈਣਾ ਠੀਕ ਹੈ ਭਾਈ ਹਾਂ ਜਦ ਜਾਣ ਲੱਗੋ ਨਾ ਤੇ ਉਹ ਕਿ ਨਿਗਾ ਮੇ ਇੱਕ ਜੋਨ ਸੋ ਪਹਿਲਾਂ ਵਾਲਾ ਛੋਰੋ ਸੋ ਵਾ ਪੜ ਗਿਆ ਵਾ ਖੇਲ ਰਿਓ ਸੋ ਉਹ ਕਿ ਹੱਥਾਂ ਮੇ ਸੀ ਕਾਂਗੜ ਚਾਂਦੀ ਦਾ ਹੂੰ ਬੀਆ ਵਿrstedar ਇਕੱਠਾ ਆਇਆ ਸੀ ਨਾ ਤਾਂ ਕਾਂਗਣ ਕੁੰਗੁਣ ਗਾਉਂਦਿਆ ਕਰੇ ਛੋਰਾ ਕੇ ਤੇ ਉਹ ਕਾਂਗਣ ਘਾਲ ਰੱਖਿਆ ਸਾ ਤੇ ਉਹਨੇ ਕਾਂਗਣ ਕਾਢ ਲਿਆ ਕਾਢ ਕਰ ਤੇ ਠੇਕਾ ਪਰ ਦੇ ਆਇਆ ਉਠੇ ਜਾ ਕੇ ਕਹਿਦੀ ਗਾਣੇ पे ਰੱਖਦੀ ਆ ਹਾਂ ਬੀਆ ਕਾਂਗਣ ਲੈ ਲੋ ਇਹ ਕਿਤਨੇ ਕਾ ਉਹ ਬੋਲੇ ਵੀ 1500 ਕਾ ਹੈ ਅਖੇ 1500 ਤੱਕ ਤੋ ਜੇ दारू ਲੈਣ ਆਇਆ ਨਾ ਥੰਮੋੜ ਨਾ ਕੋਨੀ ਪਰ ਦੇਣੀ ਜਬ ਆ ਜਬ ਮੇਰੋ ਨਾਮ ਲੇਗਾ ਹਮ ధਨੀ ਰਾਮ ਹੈ ਮੇਰੋ ਨਾਮ ਅਖੇ ਵੀ ਠੀਕ ਹੈ ਵਾ ਦੋ ਬੋਤਲ ਲੈ ਕੇ ਠੇਕਾ ਪਰ ਸੇ ਆ ਗਏ ਆਖੇ ਲੋ ਬੀਪੀਓ ਫੁੱਫਾ ਕੀ दारू ਉਹ ਪੀਣ ਲੱਗ ਗਿਆ दारू ਔਰ ਲਿਓ ਵੀ ਫੁੱਫਾ ਵੀ ਮੇਰਾ ਨਾਮ ਲੈ ਦੋ ਜਾ ਕੇ ధਨੀ RAM ਫੁੱਫਾ ਨੇ ਭੇਜਿਆ ਹੂੰ ਉਹ ਆਦਮੀ ਗਿਓ दारू ਜੀ ਪੈਸਾ ਮੇਰੇ ధਨੀ RAM ਫੁੱਫਾ ਨੇ ਭੇਜਿਆ ਲੈ ਜਾ ਵੀ ਐਂ ਤਰ੍ਹਾਂ ਕਰ ਕਰਕੇ 10 12 ਬੋਤਲ 1200 ਕੀ दारू ਆ ਗਈ ਰਾਤ ਨੇ ਨੱਚਣ ਲੱਗ ਗਿਆ ਹੁਣ ਉਹ ਤੋਂ दारू ਪੀ ਸਾਰਾ ਨਾਚ ਰਿਆ ਫੁੱਫਾ ਸੋਚ ਰਿਹਾ ਵੀ ਕਿਤੇ ਤੇਰੀ ਬਾਤ ਕੋ ਪਤਾ ਨਾ ਚੱਲ ਜੇ ਕਹਿੰਨੇ ਹੂੰ ਤੇ ਵਾਹ ਹਾਂ ਕਾਂਗਣ ਵਾਲੀ ਕਾ ਵਾ ਸੋਚ ਰਿਆ ਤੇ ਫੂਫਾ ਨੇ ਕਹਿਣ ਲੱਗਾ ਫੂਫਾ ਨੱਚੋ ਥੰਬੀ ਹਾਂ ਅਖੇ ਮੁੰਨੇ ਨਾਚਣੋ ਕੋ ਨਹੀਂ ਆਵੇ ਅਖੇ ਨੀ ਨੱਚੋ ਅਖੇ ਨਾ ਬਈ ਥੰਮ ਨੱਚੋ ਕਾਂਗਣ ਵੀ ਥਾਰੋ ਆਂਗਣ ਵੀ ਥਾਰੋ ਥੰਮ ਨੱਚੋ ਹੁਣ ਵਾਹ ਸੋਚੇ ਵੀ ਕਾਂਗਣ ਕੋਈ ਜਾਂ ਤਾਂ ਜੋਂ ਸੋਸ਼ਰ ਨਯੋ ਹੈ ਐਨੇ ਗਾ ਲੈ ਗੋ ਲਿਆ ਹੈਗਾ ਫੂਫਾ ਨੇ ਹਾਂ ਵਾਹ ਤੋ ਬਾਤ ਹੀ ਭੁੱਲ ਗਿਆ ਕਾਂਗਣ ਵੀ ਥਾਰੋ ਆਂਗਣ ਵੀ ਥਾਰੋ ਥੇ ਨੱਚੋ ਥੇ ਸੋਹਣਾ ਲਾਗੋ ਸੋ ਕਲੋ ਜੀ ਮਾਜ ਤਰਿਆ ਰਾਤ ਨੇ ਸੋ ਗਿਆ ਤੇ ਸਵੇਰ ਹੋਈ ਜਾਂ ਦਿਲ ਲਿਕੜਤਾ ਹੀ ਫੁੱਫਾ ਤਾਂ ਭਗ ਲਿਆ ਗਾਮ ਨੇ ਭਾਗ ਲਿਓ ਰੋਟੀ ਵੀ ਨਾ ਖਾਈ ਹਾਂ ਅਰ ਬਾਅਦ ਮੇ ਕੋਈ ਆਦਮੀ ગયો ਠੇਕਾ ਕਰਨੀ ਤੇ ਠੇਕਾ ਵਾਲੇ ਨੇ ਬੋਲ ਕੇ ਕਹੀ ਅਖੇ ਜੌਨਸਾ ਥਾਰੇ ਉਰੇ ਕੱਲ ਛੋਰਾ ਹੋਇਆ ਸੀ ਨਾ ਦਿਨੀ ਰਾਮ ਆਇਆ ਤਾਂ ਹਾਂ ਉਹਨਕੇ ਪਾਰਟੀ ਸੀ ਤੇ ਯਾ ਭਾਈ ਦਿਨੀ ਰਾਮ ਕਾਂਗਣ ਧਰ ਕੇ ਗਿਆ ਉਹਨੇ ਬਤਾ ਦਈਏ ਜਾ ਕੇ ਉਹ ਆਦਮੀ ਨੇ ਉਹਨਕੇ ਘਰੇ ਜਾ ਕੇ ਬਤਾਈ ਕਿ ਥਾਰੇ ਛੋਰਾ ਕਾਂਗਣ ਕੈਠੇ ਆ ਦੇਖਿਆ ਤਾਂ ਕਾਂਗਣਾ ਥਾਵੇਂ ਕੋ ਨਹੀਂ ਹਾਂ ਬਾ ਹਾਂ ਵੀਵਾ ਤੋਂ ਥਾਰੋ ਫੂਫੋ ਦਿਨੀਰਾਮ ਉਠੇ ਠੇਕਾ ਪਰ ਧਰ ਗਿਓ ਬਾਈ 1200 ਕੀ ਦਾਰੂ ਆ ਗਈ ਐ ਜੇ ਲਿਆਣੋ ਤਾਂ 1200 ਦਿਓ ਕਾਂਗਣ ਲਿਓ ਹਾਂ ਫਿਰ 1200 ਰੁਪਿਆ ਧਾ ਕੇ ਠੇਕਾ ਲੈਣੇ ਦੀ ਹਾਂ ਹੂੰ ਦਿਆ ਔਰ ਕਾਂਗਣ ਉਠਾ ਕੇ ਲੈ ਕੇ ਆਇਆ ਤੇ ਰਾਤ ਨੇ ਕਾਂਗਣ ਤੋਂ ਘਰ ਵਾਲਾ ਕਾ ਪੈਸਾ ਘਰ ਵਾਲਾ ਕਾ ਬੱਲੇ ਬੱਲੇ ਫੂਫਾ ਕੀ ਹੋ ਗਈ ਹਾਂਜੀ ਉਹ ਕਿਆ ਕਰੇਣਾ ਮਾਲ ਮਾਲਕਾਂ ਕਾ ਔਰ ਮਸ਼ਹੂਰੀ ਕੰਪਨੀ ਦੀ ਵਾਹ ਬਾਤ ਹੋ ਗਈ